ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸੰਬੰਧੀ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਦਾ ਬਿਆਨ ਬੇਹੱਦ ਨਿਰਾਸ਼ਾਜਨਕ ਬਿਆਨ ਹੈ, ਜਿਸ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ। ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਵੱਲੋਂ ਇਹ ਕਹਿਣਾ ਕਿ ਮੈਂ ਸਿੱਖ ਕੌਮ ਦੀ ਬੜੀ ਮਦਦ ਕਰਦਾ ਰਿਹਾ, ਲੇਕਿਨ ਅਸੀਂ ਮਹਿਸੂਸ ਕਰਦੇ ਹਾਂ ਕਿ ਮੌਜੂਦਾ ਸਮੇਂ ਦੇ ਵਿੱਚ ਸੁਬਰਾਮਨੀਅਮ ਸਵਾਮੀ ਬੜੀ ਦੋਗਲੀ ਰਾਜਨੀਤੀ ਕਰ ਰਹੇ ਨੇ ਅਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਬੁਖਲਾਹਟ ਭਰੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਭਾਰਤ ਪਾਕਿਸਤਾਨ ਦੇ ਰਿਸ਼ਤੇ ਸਮੇਂ ਸਮੇਂ ਵਿਗੜਦੇ ਵੀ ਰਹੇ ਨੇ, ਸੁਧਰਦੇ ਵੀ ਰਹੇ ਨੇ, ਲੇਕਿਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਜਿਹੜਾ ਹੈ, ਉਹ ਪੂਰੀ ਦੁਨੀਆ ਦੇ ਵਿੱਚ ਸਿੱਖ ਕੌਮ ਹੀ ਨਹੀਂ ਅਨੇਕਾਂ ਧਰਮਾਂ ਦੇ ਲੋਕ ਬੜੇ ਉਤਸ਼ਾਹ ਨਾਲ ਮਨਾ ਰਹੇ ਨੇ। ਇਸ ਮੌਕੇ ਦੇ ਉੱਤੇ ਇਸ ਤਰ੍ਹਾਂ ਦਾ ਬਿਆਨ ਸੁਬਰਾਮਨੀਅਮ ਸਵਾਮੀ ਦਾ ਆਉਣਾ ਆਪਣੇ ਆਪ ਦੇ ਵਿੱਚ ਕੱਟੜ ਵਿਚਾਰਧਾਰਾ ਨੂੰ ਜਨਮ ਦਿੰਦਾ ਔਰ ਫਿਰਕਾ ਪ੍ਰਸਤੀ ਦੀ ਬੋ ਉਹਨਾਂ ਦੇ ਬਿਆਨ ਵਿੱਚੋਂ ਆਈ ਹੈ, ਜਿਸ ਦੀ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਨੂੰ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਨੀ ਚਾਹੀਦੀ ਹੈ। ਜੋ ਬਿਆਨ ਅੱਜ ਸ੍ਰੀ ਸੁਬਰਾਮਨੀਅਮ ਸਵਾਮੀ ਜੀ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਵਾਸਤੇ ਦਿੱਤਾ, ਮੈਂ ਸਮਝਦਾ ਕਿ ਬਹੁਤ ਅਨਫੋਰਚੁਨੇਟ ਹੈ, ਬਹੁਤ ਮੰਦਭਾਗ ਹੈ, ਉਹਨਾਂ ਨੂੰ ਇਸ ਦਾ ਮਾਫੀ ਮੰਗਣੀ ਚਾਹੀਦੀ ਹੈ, ਕਿਉਂਕਿ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਾਲ ਇਕੱਲੇ ਪੰਜਾਬੀਆਂ ਦਾ ਜਾਂ ਸਿੱਖਾਂ ਦੇ ਨਹੀਂ, ਸਮੁੱਚੇ ਮੁਲਕ ਦੇ ਵਿੱਚ ਵਸਦੇ ਲੋਕਾਂ ਦੀਆਂ ਭਾਵਨਾਵਾਂ ਨੇ ਜਿਹੜੀਆਂ ਜੁੜੀਆਂ ਹੋਈਆਂ ਨੇ। ਜਿੱਥੋਂ ਤੱਕ ਰਿਹਾ ਪਾਕਿਸਤਾਨ ਦਾ ਸਵਾਲ, ਪਾਕਿਸਤਾਨ ਦੇ ਪਿਛਲੇ 70 ਸਾਲਾਂ ਤੋਂ ਹੀ ਇਰਾਦੇ ਨੇ ਜਿਹੜੇ ਉਹ ਬੜੇ ਮਾੜੇ ਔਰ ਮੁਲਕ ਦੇ ਖਿਲਾਫ ਰਹੇ ਨੇ, ਪਰ ਮੈਂ ਸਮਝਦਾ ਕਿ ਜੇ ਕਿਸੇ ਵੀ ਤਰ੍ਹਾਂ ਦੀ ਮਾੜੀ ਕਾਰਵਾਈ ਪਾਕਿਸਤਾਨ ਕਰਨ ਦੀ ਸੋਚਦਾ ਤਾਂ ਸਭ ਤੋਂ ਪਹਿਲਾਂ ਪੰਜਾਬੀ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦੇਣ ਦੇ ਵਿੱਚ ਸਕਸ਼ਮ ਨੇ, ਔਰ ਫਿਰ ਉਸ ਤੋਂ ਬਾਅਦ ਜਿਹੜੀ ਭਾਰਤ ਦੀ ਫੌਜ ਹੈ ਉਹ ਪਾਕਿਸਤਾਨ ਨੂੰ ਉਸ ਦੀ ਅਸਲੀ ਜਗ੍ਹਾ ਜਿਹੜੀ ਉਹ ਦਿਖਾ ਸਕਦੀ ਹੈ। ਸੋ ਮੈਂ ਸਮਝਦਾ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਬੰਦ ਕਰਨ ਦੀ ਜਿਹੜੀ ਗੱਲ ਸੁਬਰਾਮਨੀਅਮ ਸਵਾਮੀ ਜੀ ਨੇ ਕੀਤੀ ਹੈ ਉਹ ਗਲਤ ਹੈ, ਔਰ ਬੀਜੇਪੀ ਦਾ ਸਿੱਖ ਔਰ ਪੰਜਾਬ ਵਿਰੋਧੀ ਚਿਹਰਾ ਇਹਦੇ ਨਾਲ ਉਹ ਨੰਗਾ ਹੁੰਦਾ ਹੈ। ਸੁਬਰਾਮਨੀਅਮ ਸਵਾਮੀ ਨੂੰ ਇਹਦੇ ਬਾਰੇ ਮਾਫੀ ਮੰਗਣੀ ਚਾਹੀਦੀ ਹੈ, ਔਰ ਸ਼੍ਰੀ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਨੂੰ ਇਹਦੇ ਉੱਪਰ ਐਕਸਪਲੇਨ ਮੁਲਕ ਨੂੰ ਔਰ ਪੰਜਾਬ ਨੂੰ ਕਰਨਾ ਚਾਹੀਦਾ, ਪੰਜਾਬੀ ਨੂੰ ਕਰਨਾ ਚਾਹੀਦਾ ਕਿ ਕਿਉਂ ਉਹਨਾਂ ਦੇ ਇੱਕ ਉੱਘੇ ਲੀਡਰ ਨੇ ਅਜਿਹੀ ਗੱਲ ਕੀਤੀ ਹੈ। ਦੇਖੋ, ਸੁਬਰਮਨ ਸਵਾਮੀ ਜੀ ਤੋਂ ਐਸੇ ਬਿਆਨ ਦੀ ਅਸੀਂ ਆਸ ਨਹੀਂ ਸੀ ਕਰਦੇ, ਬੜਾ ਮੰਦਭਾਗਾ ਅਤੇ ਗੈਰ ਜ਼ਿੰਮੇਵਾਰਾਨਾ ਬਿਆਨ ਉਹਨਾਂ ਦਿੱਤਾ। ਅਤੇ ਜਿੱਥੋਂ ਤੱਕ ਕਰਤਾਰਪੁਰ ਕੋਰੀਡੋਰ ਦੀ ਗੱਲ ਹੈ, ਸਾਰਿਆਂ ਨੂੰ ਪਤਾ ਹੈ ਕਿ ਪਿਛਲੇ 70-72 ਸਾਲ ਤੋਂ ਪੂਰੀ ਦੁਨੀਆ ਦੇ ਵਿੱਚ ਵਾਸਤੇ ਸਿੱਖਾਂ ਦੀ ਇਹ ਇੱਕ ਵੱਡੀ ਮੰਗ ਸੀ, ਜਿਹੜੀ ਬੜੇ ਲੰਬੇ ਸਮੇਂ ਤੋਂ ਬਾਅਦ, ਬੜੇ ਸੰਘਰਸ਼ ਤੋਂ ਬਾਅਦ ਇਹ ਜਿਹੜੀ ਮੰਗ ਹੈ ਪੂਰੀ ਹੋਈ ਹੈ। ਸੋ ਹੁਣ ਜਿਹੜਾ ਆਪਾਂ 550 ਸਾਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਹਾਂ, ਅਤੇ ਹੁਣ ਲੋੜ ਹੈ ਵੀ ਇਸ ਕੋਰੀਡੋਰ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਕੇ ਨਵੰਬਰ ਦੇ ਮਹੀਨੇ ਤੱਕ ਮੁਕੰਮਲ ਕਰਤਾ ਜਾਵੇ, ਤਾਂ ਕਿ ਆਉਣ ਵਾਲੇ ਸਾਲ 'ਚ ਪੂਰੇ ਵਿਸ਼ਵ 'ਚੋਂ ਜਿਹੜੀਆਂ ਸਿੱਖ ਸੰਗਤਾਂ ਆਉਣਗੀਆਂ ਉਹ ਕਰਤਾਰਪੁਰ ਸਾਹਿਬ ਜਿਹੜਾ ਹੈ ਜਾ ਕੇ ਦਰਸ਼ਨ ਕਰ ਸਕਣ। ਅਤੇ ਐਸਾ ਜਿਹੜਾ ਬਿਆਨ ਹੈ ਜਦ ਐਸੇ ਮੌਕੇ 'ਤੇ ਉਹਨਾਂ ਨੇ ਦਿੱਤਾ, ਮੈਨੂੰ ਪਤਾ ਨਹੀਂ ਉਹਨਾਂ ਨੇ ਕੀ ਮਨਸ਼ਾ ਨਾਲ ਦਿੱਤਾ, ਪਰ ਇਹਦੇ ਨਾਲ ਸਾਨੂੰ ਬਹੁਤ ਵੱਡੀ ਠੇਸ ਵੀ ਵੱਜੀ ਹੈ। ਸਾਨੂੰ ਇਸ ਗੱਲ ਦਾ ਦੁੱਖ ਵੀ ਹੋਇਆ ਕਿ ਐਸਾ ਬਿਆਨ ਜਿਹੜਾ ਮੰਦਭਾਗਾ ਗੈਰ ਜ਼ਿੰਮੇਵਾਰਾਨਾ ਬਿਆਨ ਆਉਣਾ ਨਹੀਂ ਸੀ। ਸੁਬਰਾਮਨੀਅਮ ਸਵਾਮੀ ਜੀ ਉਚੇਚੇ ਤੌਰ 'ਤੇ ਚੰਡੀਗੜ੍ਹ ਮੇਂ ਆਤੇ ਹੈ ਔਰ ਆ ਕਰਕੇ ਬਿਆਨ ਦੇ ਰਹੇ ਹੈ ਕਿ ਕੋਰੀਡੋਰ ਬੰਦ ਹੋਣਾ ਚਾਹੀਏ। ਕਿਆ ਯੇ ਅਮਿਤ ਸ਼ਾਹ ਸੇ ਪੁੱਛ ਕੇ ਆਏ ਹੈਂ? ਕਿਆ ਯੇ ਮੋਦੀ ਸਾਹਿਬ ਨੇ ਭੇਜਾ ਉਹਨੇ? ਔਰ ਬੀਜੇਪੀ ਸਫਾਈ ਦੇ ਇਸ ਪੇ, ਔਰ ਮੁਝੇ ਤੋ ਲਗਤਾ ਹੈ ਕਿ ਐਸੇ ਵਿਅਕਤੀ ਕੋ ਆਗਰਾ ਕੇ ਮੈਂਟਲ ਹੋਸਪਿਟਲ ਮੇਂ ਦਾਖਲ ਕਰਨਾ ਚਾਹੀਏ। ਔਰ ਵੋ ਵਿਅਕਤੀ ਜੋ ਦੇਸ਼ ਦਰੋਹੀ ਬਿਆਨ ਹੈ, ਯੇ ਪੰਜਾਬ ਵਿਰੋਧੀ ਬਿਆਨ ਹੈ, ਬਾਬਾ ਨਾਨਕ ਕੇ ਕਰੋੜੋ ਨਾਮ ਲੇਵਾ ਲੋਗੋ ਕੇ ਖਿਲਾਫ ਬਿਆਨ ਹੈ, ਬੀਜੇਪੀ ਮਾਫੀ ਮੰਗੇ
और इस स्वामी को बीजेपी से बाहर निकाले, अदरवाइज पंजाब कांग्रेस कहीं पे भी पंजाब में ऐसे स्वामी को घुसने नहीं देगी। ये बीजेपी का स्पोक्समैन है, बीजेपी सफाई दे नहीं तो माफी मांग।